ਸੜਕ ਦੇ ਕਿਨਾਰੇ ਤੇ ਬੈਠਾ ਇਹ ਨੌਜਵਾਨ ਜੋ ਨਸ਼ੇ ਦੇ ਵਿੱਚ ਝੂਲ ਰਿਹਾ। ਮਹਿਜ਼ ਥੋੜੀ ਦੂਰ ਟ੍ਰੈਫਿਕ ਪੁਲਿਸ ਅਤੇ PCR ਦੀ ਟੀਮ ਹੈ, ਪਰ ਇਸ ਨੌਜਵਾਨ ਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਲੋਕ ਆ ਜਾ ਰਹੇ ਨੇ, ਕੁਝ ਲੋਕ ਇਸ ਦੀ ਵੀਡੀਓ ਬਣਾ ਰਹੇ ਨੇ। ਨਸ਼ੇ ਦੇ ਵਿੱਚ ਝੂਲ ਰਿਹਾ ਇਹ ਨੌਜਵਾਨ ਬੇਸੁੱਧ ਹੈ। ਇਸ ਨੂੰ ਕੁਝ ਵੀ ਨਹੀਂ ਪਤਾ ਕਿ ਇੱਥੇ ਚੱਲ ਕੀ ਰਿਹਾ। ਤਸਵੀਰਾਂ ਕਪੂਰਥਲਾ ਤੋਂ ਸਾਹਮਣੇ ਆਈਆਂ ਨੇ। DSP ਨੇ ਕਿਹਾ ਕਿ ਇਸ ਨੌਜਵਾਨ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਵੇਗਾ, ਨਸ਼ੇ ਦੇ ਸੁਦਾਗਰਾਂ ਦੇ ਖਿਲਾਫ ਕਾਰਵਾਈ ਹੋਵੇਗੀ। ਤਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਈ। 2-2.5 ਘੰਟੇ ਇਹ ਨੌਜਵਾਨ ਇਸੇ ਤਰ੍ਹਾਂ ਇੱਥੇ ਬੈਠਦਾ ਝੂਲਦਾ ਰਿਹਾ। ਕਿਸੇ ਸ਼ਖਸ ਦੇ ਵੱਲੋਂ ਇਸ ਦੀ ਵੀਡੀਓ ਫੋਨ ਦੇ ਵਿੱਚ ਕੈਦ ਕੀਤੀ ਗਈ। ਕਪੂਰਥਲਾ ਦੀਆਂ ਇਹ ਤਸਵੀਰਾਂ ਨੇ, ਰੋਜ਼ਾਨਾ ਹੀ ਇਸ ਇਲਾਕੇ ਦੇ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ, ਭਾਵੇਂ ਕਿ ਪੁਲਿਸ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ, ਪਰ ਫਿਰ ਵੀ ਨਸ਼ੇ ਦੇ ਸੁਦਾਗਰਾਂ ਦੀਆਂ ਅਤੇ ਨਸ਼ੇੜੀਆਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜੋ ਪੰਜਾਬ ਦੀ ਤਰਾਸਦੀ ਨੂੰ ਬਿਆਨ ਕਰਦੀਆਂ ਨੇ।